ਮੋਹਾਲੀ ਦੇ ਸੈਕਟਰ 70 ਦੇ ਵਿੱਚ ਰਹਿਣ ਵਾਲੇ ਸੌਰਵ ਗੋਇਲ ਦੇ ਨਾਲ 2.30 ਕਰੋੜ ਰੁਪਏ ਦੀ ਜਿਹੜੀ ਧੋਖਾਧੜੀ ਹੈ ਉਹ ਹੋਈ ਹੈ। ਚੰਡੀਗੜ੍ਹ ਦੇ ਮੀਤ ਪ੍ਰਧਾਨ ਅਤੇ ਕੌਂਸਲਰ ਦੀ ਚੋਣ ਲੜ ਚੁੱਕੇ ਰੁਪਿੰਦਰ ਸਿੰਘ ਰੂਪੀ, ਉਸਦੀ ਪਤਨੀ ਬਲਵਿੰਦਰ ਕੌਰ ਅਤੇ ਉਸਦੇ ਪੁੱਤਰ ਯੂਥ ਕਾਂਗਰਸੀ ਆਗੂ ਰਣਜੋਤ ਸਿੰਘ ਉਰਫ ਰੋਣੀ ਅਤੇ ਰੂਪੀ ਦੇ ਪਿਤਾ ਜਸਪਾਲ ਸਿੰਘ 'ਤੇ ਇਸ ਧੋਖਾਧੜੀ ਦੇ ਜਿਹੜੇ ਦੋਸ਼ ਨੇ ਉਹ ਲੱਗੇ ਨੇ। ਇਸ ਸੰਬੰਧੀ ਮੋਹਾਲੀ ਦੇ ਫੇਜ਼ 1 ਥਾਣੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਕਾਂਗਰਸ ਦੇ ਮੀਤ ਪ੍ਰਧਾਨ ਅਤੇ ਕੌਂਸਲਰ ਦੀ ਚੋਣ ਲੜ ਚੁੱਕੇ ਰੁਪਿੰਦਰ ਸਿੰਘ ਉਰਫ ਰੂਪੀ ਮੁਸ਼ਕਲ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ। ਮੋਹਾਲੀ ਪੁਲਿਸ ਅਨੁਸਾਰ ਰੁਪਿੰਦਰ ਸਿੰਘ ਉਰਫ ਰੂਪੀ ਅਤੇ ਉਸਦੀ ਪਤਨੀ, ਪੁੱਤਰ ਅਤੇ ਉਸਦੇ ਪਿਤਾ ਦੇ ਸਮੇਤ ਪਰਿਵਾਰ ਦੇ 4 ਮੈਂਬਰਾਂ 'ਤੇ ਫੇਜ਼ 8 ਦੇ ਪਲਾਟ ਦੀ ਖਰੀਦ ਵੇਚ ਨੂੰ ਦੇ ਵਿੱਚ ਧੋਖਾਧੜੀ ਕਰਨ ਦੇ ਜਿਹੜੇ ਦੋਸ਼ ਨੇ ਅਤੇ ਮੋਹਾਲੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਦੱਸਿਆ ਜਾ ਰਿਹਾ ਕਿ ਮੁਲਜ਼ਮਾਂ ਨੇ ਮੋਹਾਲੀ ਦੇ ਸੈਕਟਰ 70 ਦੇ ਰਹਿਣ ਵਾਲੇ ਸੌਰਵ ਗੋਇਲ ਦਾ ਪਲਾਟ ਦਾ ਜਿਹੜਾ ਉਹਨਾਂ ਨੇ ਸੌਦਾ ਕੀਤਾ ਸੀ ਅਤੇ ਇਸ ਪਲਾਟ ਦੇ ਵਿੱਚ ਸਾਰਿਆਂ ਦੀ ਹਿੱਸੇਦਾਰੀ ਸੀ, ਜਦੋਂ ਕਿ ਬਿਆਨਾਂ ਲੈ ਕੇ ਮੁਲਜ਼ਮ ਰਜਿਸਟਰੀ ਕਰਵਾਉਣ ਦੇ ਵਿੱਚ ਅਸਫਲ ਰਹੇ। ਸੌਰਵ ਨੂੰ ਜਦੋਂ ਧੋਖਾਧੜੀ ਦਾ ਪਤਾ ਦਾ ਸ਼ੱਕ ਹੋਇਆ ਤਾਂ ਉਸ ਤੋਂ ਬਾਅਦ ਉਸਨੇ ਪੂਰੇ ਮਾਮਲੇ ਦੀ ਜਿਹੜੀ ਸ਼ਿਕਾਇਤ ਹੈ ਉਹ ਪੁਲਿਸ ਦੇ ਕੋਲ ਕੀਤੀ ਅਤੇ ਮੋਹਾਲੀ ਦੀ ਪੁਲਿਸ ਨੇ ਰੁਪਿੰਦਰ ਸਿੰਘ ਉਰਫ ਰੂਪੀ ਨੂੰ 2 ਵਿਅਕਤੀਆਂ ਦੇ ਸਮੇਤ ਉਸਦੇ ਘਰੋਂ ਗ੍ਰਿਫਤਾਰ ਕੀਤਾ। ਜਦਕਿ ਰੁਪਿੰਦਰ ਸਿੰਘ ਉਰਫ ਰੂਪੀ ਨੇ ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਕਿਹਾ ਕਿ ਸੌਰਵ ਗੋਇਲ ਦੇ ਨਾਲ ਉਹਨਾਂ ਦਾ ਕੋਈ ਵੀ ਸਮਝੌਤਾ ਨਹੀਂ ਉਹਨਾਂ ਨੇ ਕੀਤਾ। ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਫੇਜ਼ 1 ਦੇ ਥਾਣਾ SHO ਜਗਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਮੁਲਜ਼ਮਾਂ ਦੇ ਨਾਲ ਇੰਡਸਟਰੀਅਲ ਏਰੀਆ ਫੇਸ 8B ਦੇ ਦੀ ਇੱਕ ਪਲਾਟ ਦਾ ਸੌਦਾ 15 ਕਰੋੜ ਰੁਪਏ ਦੇ ਵਿੱਚ ਕੀਤਾ ਸੀ ਅਤੇ ਸੌਦਾ ਕਰਨ ਤੋਂ ਬਾਅਦ 5 ਲੱਖ ਟੋਕਨ ਮਨੀ ਦੇ ਵਿੱਚ ਦੇ ਦਿੱਤੀ ਗਈ, 3 ਕਰੋੜ ਰੁਪਏ ਬਿਆਨਾ ਰਕਮ ਦਿੱਤੀ ਗਈ ਅਤੇ ਇਸ ਵਿੱਚੋਂ 2.30 ਕਰੋੜ ਰੁਪਏ ਨਕਦ ਅਤੇ 70 ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਮੁਲਜ਼ਮਾਂ ਨੇ ਚੈੱਕ ਕੈਸ਼ ਨਹੀਂ ਕਰਵਾਇਆ ਅਤੇ ਇਸ ਦੇ ਸੰਬੰਧੀ ਜਦੋਂ ਉਸਦੇ ਡੀਲਰ ਦੇ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਰੂਪੀ ਆਪਣੇ ਲੜਕੇ ਦੇ ਵਿਆਹ ਵਿੱਚ ਰੁੱਝਿਆ ਹੋਇਆ ਸੀ ਅਤੇ ਜਿਸ ਕਰਕੇ ਉਸਨੇ ਚੈੱਕ ਹੈ ਜਿਹੜਾ ਉਹ ਬੈਂਕ ਦੇ ਵਿੱਚ ਜਮ੍ਹਾਂ ਨਹੀਂ ਕਰਵਾਇਆ। ਬੇਟੇ ਦੇ ਵਿਆਹ ਤੋਂ ਬਾਅਦ ਵੀ ਚੈੱਕ ਨਹੀਂ ਮਿਲਿਆ। ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ CA ਨੇ ਮਾਰਚ ਤੋਂ ਬਾਅਦ ਚੈਕਿੰਗ ਕਰਨ ਦੇ ਲਈ ਕਿਹਾ ਸੀ ਅਤੇ ਇਸ ਦੇ ਦੌਰਾਨ ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਉਕਤ ਪਲਾਟ ਦਾ ਜਿਹੜਾ ਸੌਦਾ ਹੈ ਉਹ ਕਿਸੇ ਹੋਰ ਦੇ ਨਾਲ ਕਰਕੇ 10 ਲੱਖ ਰੁਪਏ ਬਿਆਨੇ ਵਜੋਂ ਲੈ ਲਏ ਨੇ। ਰੂਪੀ ਚੰਡੀਗੜ੍ਹ ਦੇ ਸਾਬਕਾ ਕੌਂਸਲਰ ਦਵਿੰਦਰ ਸਿੰਘ ਬਬਲਾ ਦੇ ਸਾਲੇ ਹਨ।